ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਕਹਿੰਦੇ ਨੇ ਨਜਾਇਜ਼ ਰਿਸ਼ਤਿਆਂ ਦਾ ਅੰਤ ਮਾੜਾ ਹੀ ਹੁੰਦਾ, ਪਰ ਇਸ ਨਜਾਇਜ਼ ਰਿਸ਼ਤਿਆਂ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ। ਇੱਕ ਇਨਸਾਨ ਜਾਨੋ ਗਿਆ ਅਤੇ ਕਈ ਇਨਸਾਨ ਜੇਲ੍ਹ ਚਲੇ ਗਏ। ਇਹ ਮਸਲਾ ਹੈ ਲੁਧਿਆਣੇ ਦਾ। ਲੁਧਿਆਣੇ 'ਚ ਬੀਤੇ ਦਿਨੋਂ ਪਤਨੀ ਦੇ ਨਾਲ ਫੜੇ ਗਏ ਇੱਕ ਸ਼ਖਸ ਦੀ ਮਾਰ ਕੁਟਾਈ ਦੀ ਵੀਡੀਓ ਵੀ ਸਾਹਮਣੇ ਆ ਗਈ। ਬੈੱਡ 'ਤੇ ਪਏ ਇਸ ਸ਼ਖਸ ਦੀ ਇਹ ਜ਼ਿੰਦਗੀ ਦੀ ਆਖਰੀ ਵੀਡੀਓ ਹੈ, ਕਿਉਂਕਿ ਇਹ ਸ਼ਖਸ ਇੱਕ ਮਹਿਲਾ ਦੇ ਨਾਲ ਉਸਦੇ ਘਰ 'ਚ ਫੜਿਆ ਗਿਆ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਇੰਨੀ ਮਾਰ ਕੁਟਾਈ ਕੀਤੀ ਕਿ ਇਹ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਇਸ ਮਸਲੇ 'ਚ ਪੁਲਿਸ ਨੇ ਮਹਿਲਾ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਈਆਂ ਦੀ ਭਾਲ ਜਾਰੀ ਹੈ। ਇਹ ਵੀਡੀਓ ਫਿਲਹਾਲ ਵਾਇਰਲ ਹੋ ਚੁੱਕਿਆ, ਤੁਸੀਂ ਆਪ ਹੀ ਸੁਣੋ ਪੁਲਿਸ ਨੇ ਕੀਤੀ ਕੀ ਕਾਰਵਾਈ। ਇਹਦੇ ਵਿੱਚ ਸਾਡੇ ਕੋਲ ਮੈਸੇਜ ਆਇਆ ਸੀਗਾ ਵੀ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਉਹਦੇ ਸੰਬੰਧ ਵਿੱਚ ਜਿਹੜਾ ਆਪਣੇ ਗੁਰਵਿੰਦਰ ਸਿੰਘ ਦੇ ਫਾਦਰ ਦੇ ਬਿਆਨ ਦੇ ਉੱਤੇ 302 ਦਾ ਅਸੀਂ ਮੁਕਦਮਾ ਦਰਜ ਕੀਤਾ ਸੀ। ਅਗੇਂਸਟ ਕੀਤਾ ਸੀਗਾ ਆਪਣੇ ਕਿਆਨਾ ਜਗਜੀਤ ਸਿੰਘ ਪਲੱਸ ਉਹਦਾ ਭਰਾ ਜਿਹੜਾ ਸੀਗਾ ਰਣਜੀਤ ਸਿੰਘ, ਇੱਕ ਆਪਣੇ ਕਿਆਨਾ ਲੜਕੀ ਸੀਗੀ ਜਿਹਦੀ ਲੜਕੀ ਜਿਹੜੇ ਜਗਜੀਤ ਸਿੰਘ ਦੀ ਵਾਈਫ ਸਿਮਰਨਜੀਤ ਕੌਰ, ਉਹਦਾ ਜਿਹੜਾ ਫਾਦਰ, ਉਹਦਾ ਬ੍ਰਦਰ ਅਤੇ ਉਹਦਾ ਸਾਂਢੂ, ਇਹਨਾਂ ਦੇ ਖਿਲਾਫ਼ ਮੁਕਦਮਾ ਦਰਜ ਹੋਇਆ, ਜਿਹਦੇ ਵਿੱਚੋਂ ਅਸੀਂ ਉਹਦਾ ਸਾਂਢੂ ਨੂੰ ਪਲੱਸ ਉਹਦੇ ਘਰ ਵਾਲੇ ਨੂੰ ਅਤੇ ਉਹਦੇ ਲੜਕੀ ਦੇ ਫਾਦਰ ਨੂੰ ਅਸੀਂ ਗ੍ਰਿਫਤਾਰ ਕਰਕੇ ਹਾਸ ਜਾਬਤਾ ਅਨੁਸਾਰ ਅਗਲੀ ਕਾਰਵਾਈ ਆਉਣ 'ਚ ਲਿਆਉਂਦੀ ਹੈ ਅਤੇ ਜੁਡੀਸ਼ਲ ਭੇਜਦਾ ਉਹਨੂੰ। ਜਿਹੜੇ ਬਾਕੀ ਜਿਹੜੇ ਦੋ ਦੋਸ਼ੀ ਨੇ ਜਿਹੜੇ ਰਣਜੀਤ ਸਿੰਘ ਅਤੇ ਲੜਕੀ ਦਾ ਭਰਾ ਹੈ ਕੁਲਵਿੰਦਰ ਸਿੰਘ, ਉਹਨੂੰ ਗ੍ਰਿਫਤਾਰ ਕਰਨ ਵਾਸਤੇ ਅਸੀਂ ਰੇਡਾਂ ਜਾਰੀ ਨੇ, ਉਹਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕਰਾਂਗੇ। ਸਰ, ਇਹ ਨੌਜਵਾਨ ਦੀ ਕਿੰਨੀ ਕੁ ਉਮਰ ਸੀਗੀ? ਕੀ ਇਹਨਾਂ ਦੇ ਨਜਾਇਜ਼ ਸੰਬੰਧ ਸੀ? ਨੀਅਰ ਅਬਾਊਟ 23 ਇਅਰਸ। ਕੀ ਇਹਨਾਂ ਦਾ ਨਜਾਇਜ਼ ਸੰਬੰਧ ਸੀਗਾ? ਸੰਬੰਧ ਦਾ ਇਹ ਗੱਲ ਹੈਗੀ ਹੈ ਕਿ ਜਿਹੜਾ ਸਿਮਰਨਜੀਤ ਕੌਰ ਜਿਹੜਾ ਘਰ ਵਾਲਾ, ਉਹਨੂੰ ਇਸ ਗੱਲ ਦਾ ਡਾਊਟ ਸੀਗਾ ਵੀ ਇਹ ਜਿਹੜਾ ਗੁਰਵਿੰਦਰ ਹੈ ਇਹਦੇ ਰਿਲੇਸ਼ਨ ਸਹੀ ਨਹੀਂ ਹੈਗੇ, ਇਸੇ ਗੱਲ ਵਿੱਚ ਇਹਨਾਂ ਦਾ ਜਿਹੜਾ ਡਿਸਪਿਊਟ ਬਣਿਆ। ਇੱਕ ਸਰ, ਇਹਨਾਂ ਦੀ ਮਾਰਕਟਾਈ ਦੀ ਵੀਡੀਓ ਵੀ ਵਾਇਰਲ ਹੋਈ ਹੈ ਕਾਫੀ। ਹਾਂ, ਮੈਨੂੰ ਵੀ ਪਤਾ ਲੱਗਿਆ ਇਸ ਗੱਲ ਦਾ, ਅਸੀਂ ਵੈਰੀਫਾਈ ਕਰਾਂਗੇ ਜੇ ਸਾਡੇ ਕੋਲ ਆਉਂਦੀ ਹੈ ਕੋਈ ਕੰਪਲੇਂਟ, ਸਾਨੂੰ ਪੈਨ ਡਰਾਈਵ ਪਾ ਕੇ ਦਿੰਦਾ ਹੈ, ਅਸੀਂ ਉਹ 'ਚ ਕਿੰਨੀ ਸੱਚਾਈ ਹੈ ਉਹਦੇ ਆਧਾਰ 'ਤੇ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਜੋ ਬਣਦੀ ਅਸੀਂ ਕਰਾਂਗੇ। ਟੋਟਲ ਸਰ ਕਿੰਨੇ ਕੁ ਬੰਦਿਆਂ ਦੇ ਪਰਚਾ ਦਰਜ ਹੋਏ? 5 ਬੰਦਿਆਂ ਦੇ ਪਰਚਾ, ਜੇ 3 ਅਸੀਂ ਆਲਰੇਡੀ ਗ੍ਰਿਫਤਾਰ। ਜਿਹੜਾ ਵੀਡੀਓ ਬਣਾ ਰਿਹਾ ਉਹਦੇ ਉੱਤੇ ਵੀ? ਨਹੀਂ, ਉਹ ਤਾਂ ਵੈਰੀਫਾਈ ਕਰਾਂਗੇ ਨਾ ਵੀ ਆਪਣੇ ਕਿਹਨੂੰ, ਵੀ ਆਖਰ ਜੇ ਇੱਕ ਵੀਡੀਓ ਬਣਾ ਰਿਹਾ ਸਾਹਮਣੇ ਬੰਦਾ ਕੁੱਟ ਰਿਹਾ ਤਾਂ ਉਹਦਾ ਹੀ ਫਰਜ਼ ਬਣਦਾ ਉਹਨੂੰ ਰੋਕਣਾ ਬਣਦਾ, ਅਗਰ ਉਹਦਾ ਕਸੂਰ ਹੋਇਆ ਤਾਂ ਕਾਰਵਾਈ ਕਰਾਂਗੇ।